ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ, ਮੈਂ ਹਾਂ ਸੁਰਿੰਦਰ ਢੱਲਾ। ਸਭ ਤੋਂ ਪਹਿਲਾਂ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖਾਸ ਸਰਗਰਮੀਆਂ। ਅਸਤੀਫਾ ਦੇਣ ਤੋਂ ਬਾਅਦ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਅਤੇ ਸੁਖਪਾਲ ਖਹਿਰਾ ਸਣੇ ਕਈ ਲੀਡਰਾਂ ਨਾਲ ਜਤਾਈ ਨਾ ਖੁਸ਼ੀ, ਕਿਹਾ ਮੇਰੇ ਅਸਤੀਫੇ ਤੋਂ ਬਾਅਦ ਇਸ ਤਰ੍ਹਾਂ ਦੇ ਦੇਣਗੇ ਬਿਆਨ, ਨਹੀਂ ਸੀ ਆਸ। ਕਿਹਾ ਇਨਸਾਫ ਦੀ ਮੰਗ ਕਰਕੇ ਦਿੱਤਾ ਸੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ, ਪਰ ਇਨਸਾਫ ਦੀ ਲੜਾਈ ਹਮੇਸ਼ਾ ਲੜਦਾ ਰਹਾਂਗਾ। ਐਚ ਐਸ ਫੂਲਕਾ ਦੇ ਅਸਤੀਫੇ 'ਤੇ ਪੰਜਾਬ ਵਿੱਚ ਪੱਖੀ ਸਿਆਸਤ। ਸ਼੍ਰੋਮਣੀ ਅਕਾਲੀ ਦਲ ਨੇ ਐਚ ਐਸ ਫੂਲਕਾ ਦੇ ਖਿਲਾਫ ਖੋਲ੍ਹਿਆ ਮੋਰਚਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਐਚ ਐਸ ਫੂਲਕਾ 'ਤੇ ਲਾਏ ਵੱਡੇ ਇਲਜ਼ਾਮ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰੀ ਫਿਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੋਲ੍ਹਿਆ ਮੋਰਚਾ। ਪਾਕਿਸਤਾਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਆਪਸ ਵਿੱਚ ਜੋੜ ਕੇ ਦਲਜੀਤ ਸਿੰਘ ਚੀਮਾ ਅਤੇ ਅਕਾਲੀ ਦਲ ਨੇ ਲਾਏ ਸਨਸਨੀਖੇਜ ਇਲਜ਼ਾਮ। ਪੰਜਾਬ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਵਿਚਾਲੇ ਪਰਾਲੀ ਦੇ ਮਸਲੇ 'ਤੇ ਰੇੜਕਾ ਵਧਿਆ। ਕਿਸਾਨਾਂ ਦੀ ਮੰਗ, ਜੇ ਪਰਾਲੀ ਨੂੰ ਅੱਗ ਨਹੀਂ ਲਵਾਉਣੀ ਤਾਂ 6,000 ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ। ਸਰਕਾਰ ਨੇ ਕਿਹਾ ਕਿਸੇ ਕੀਮਤ 'ਤੇ ਨਹੀਂ ਸਾੜਨ ਦੇਵਾਂਗੇ ਪਰਾਲੀ। ਆਉਂਦੇ ਦਿਨਾਂ ਦੇ ਵਿੱਚ ਮਨ ਮੁਟਾਵ ਵਧਣ ਦੀ ਸੰਭਾਵਨਾ। ਪੰਜਾਬ ਦੇ DGP ਸੁਰੇਸ਼ ਅਰੋੜਾ ਨੇ STF ਅਤੇ ਇੰਟੈਲੀਜੈਂਸ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਕਿਹਾ ਕਸ਼ਮੀਰ ਦਾ ਹਰ ਵਿਦਿਆਰਥੀ ਨਹੀਂ ਸ਼ੱਕੀ। ਸੁਰੇਸ਼ ਅਰੋੜਾ ਨੇ ਕੀਤਾ ਦਾਅਵਾ ਬਹੁਤ ਜਲਦ ਨਸ਼ਿਆਂ ਦੇ ਮਾਮਲੇ ਵਿੱਚ ਵੱਡੀਆਂ ਮੱਛੀਆਂ 'ਤੇ ਪਏਗਾ ਹੱਥ। ਅਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ HS ਫੂਲਕਾ ਦੀ, ਜਿਨ੍ਹਾਂ ਨੇ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਅਸਤੀਫਾ ਦੇ ਦਿੱਤਾ। ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ HS ਫੂਲਕਾ ਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। HS ਫੂਲਕਾ ਇਸ ਪ੍ਰੈਸ ਕਾਨਫਰੰਸ ਦੌਰਾਨ ਕਈ ਵਾਰ ਭਾਵੁਕ ਹੋਏ ਅਤੇ ਉਹਨਾਂ ਦੁੱਖ ਪ੍ਰਗਟ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਹੀ ਉਹਨਾਂ ਦੇ ਅਸਤੀਫੇ 'ਤੇ ਕਈ ਵਿਧਾਇਕਾਂ ਵੱਲੋਂ ਸਵਾਲ ਚੁੱਕੇ ਗਏ। HS ਫੂਲਕਾ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਨਾਲ ਵੀ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨਾਰਾਜ਼ਗੀ ਸਾਂਝੀ ਕੀਤੀ। HS ਫੂਲਕਾ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਆਸ ਸੀ ਕਿ ਉਹਨਾਂ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਵੀ ਸਵਾਲ ਖੜ੍ਹੇ ਕਰਨਗੇ। ਉਹਨਾਂ ਇਹ ਵੀ ਕਿਹਾ ਕਿ 5-5 ਮੰਤਰੀਆਂ ਨੂੰ ਵੀ ਉਹਨਾਂ ਨੇ ਚੁਣੌਤੀਆਂ ਦਿੱਤੀਆਂ ਸੀ, ਪਰ ਕਿਸੇ ਨੇ ਹਿੰਮਤ ਨਹੀਂ ਵਿਖਾਈ ਅਤੇ ਇਨਸਾਫ ਦੀ ਦਿਸ਼ਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਕੁਝ ਨਹੀਂ ਹੋਇਆ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਲੰਬਾ ਚੌੜਾ ਭਾਸ਼ਣ ਦੇਣ ਵਾਲੇ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਵੀ ਆਪਣੇ ਸਟੈਂਡ ਤੋਂ ਮੁੱਕਰ ਗਏ ਨੇ। 9 ਅਕਤੂਬਰ ਨੂੰ ਮੈਂ ਸੁਖਪਾਲ ਸਿੰਘ ਖਹਿਰਾ ਨੂੰ ਫੋਨ ਕੀਤਾ ਵਧਾਈ ਦੇਣ ਲਈ ਕਿ 7 ਅਕਤੂਬਰ ਨੂੰ ਤੁਹਾਡਾ ਬੜਾ ਵੱਡਾ ਕੱਟ ਸੀ। ਮੈਨੂੰ ਖਹਿਰਾ ਨੇ ਕਿਹਾ ਸੀ ਕਿ ਤੁਸੀਂ 7 ਅਕਤੂਬਰ ਨੂੰ ਉੱਥੇ ਆਓ। ਮੈਂ ਕਿਹਾ ਮੈਂ ਨਹੀਂ ਆ ਸਕਦਾ ਕਿਉਂਕਿ ਸੱਜਣ ਕੁਮਾਰ ਦੇ ਕੇਸ ਵਿੱਚ ਲਗਾਤਾਰ ਪੇਸ਼ੀਆਂ ਚੱਲ ਰਹੀਆਂ, ਮੇਰੇ ਇੱਥੋਂ ਦਿੱਲੀ ਤੋਂ ਐਬਸੈਂਟ ਹੋਣਾ ਪੋਸੀਬਲ ਨਹੀਂ ਹੈ। 9 ਨੂੰ ਮੈਂ ਉਹਨੂੰ ਵਧਾਈ ਦਿੱਤੀ। ਜਦੋਂ ਵਧਾਈ ਦੇ ਕੇ ਗੱਲ ਹੋਈ ਤਾਂ ਕਾਫੀ ਮੁੱਦੇ ਡਿਸਕਸ ਹੋਏ ਅਤੇ ਨਾਲ ਉਹਨਾਂ ਨੂੰ ਮੈਂ ਇਹ ਵੀ ਦੱਸਿਆ ਕਿ 11 ਤਰੀਕ ਨੂੰ ਕੋਰਟ ਦੀ ਪੇਸ਼ੀ ਆ, ਮੈਂ 11 ਤਰੀਕ ਨੂੰ ਆਪਣੇ ਅਸਤੀਫੇ 'ਤੇ ਫੈਸਲਾ ਲੈਣਾ। ਉਹ ਕਹਿੰਦੇ ਅਸਤੀਫਾ ਨਾ ਦਿਓ। ਮੈਂ ਕਿਹਾ ਮੈਂ ਤਾਂ ਅਰਦਾਸ ਕੀਤੀ ਵੀ ਮੈਂ ਤਾਂ ਆਇਆ ਵਾਂ, ਜੇ ਵਾਹਿਗੁਰੂ ਸੋਚ ਕੇ ਮੈਂ ਐਲਾਨ ਕੀਤਾ ਅਤੇ ਜੇਕਰ ਇਹਨਾਂ ਨੇ ਸੈਨੀ ਅਤੇ ਬਾਦਲ ਦੇ ਖਿਲਾਫ਼ ਨਾ ਕੀਤੇ ਮੈਂ ਤਾਂ ਦਿਊਂਗਾ। ਕਹਿੰਦੇ ਚਲੋ ਠੀਕ ਆ, ਤੁਹਾਡੀ ਆਪਣੀ ਮਰਜ਼ੀ।
ਤੇ ਉਹਨਾਂ ਨੇ ਮਗਰੋਂ ਮੈਨੂੰ ਹੋਰ ਵੀ ਕਿਹਾ ਪੰਜਾਬ 'ਚ ਟਾਈਮ ਫੋਰ ਦਿਓ। ਮੈਂ ਕਿਹਾ ਵੀ ਦੇਖੋ ਮੈਂ ਪੋਲੀਟਿਕਸ ਤੋਂ ਛੁੱਟੀ ਲਈ ਵੀ ਆ ਇਹ, ਕਿਉਂਕਿ ਸੱਜਣ ਟਰੈਕਟਰ ਦਾ ਕੇਸ ਸਿਸਟਮ ਪੂਰੇ ਜ਼ੋਰਾਂ ਸ਼ੋਰਾਂ 'ਤੇ ਆ ਅਤੇ ਮੈਂ ਤਾਂ ਪੋਲੀਟਿਕਸ ਛੁੱਟੀ ਲਈ ਆ, ਮੈਂ ਪੋਲੀਟਿਕਸ ਦੇ ਵਿੱਚ ਅਜੇ ਨਹੀਂ ਆ ਸਕਦਾ, ਸਿਰਫ ਫਟਕਾਰੀ ਦੇ ਮੁੱਦੇ ਦੇ ਕਰਕੇ, ਕਿਉਂਕਿ ਮੁੱਦਾ ਨੂੰ ਉਹ ਖਤਮ ਕਰ ਰਹੇ ਸੀ, ਇਹਦੇ ਕਰਕੇ ਮੈਨੂੰ ਇੱਥੇ ਆਉਣਾ ਪਿਆ। ਪਰ ਜਦੋਂ ਮੈਂ ਅਸਤੀਫਾ ਦਿੱਤਾ, ਕੱਲ੍ਹ ਸਭ ਤੋਂ ਪਹਿਲਾਂ ਬਿਆਨ ਖਹਿਰਾ ਸਾਹਿਬ ਦਾ ਹੈ, ਸਾਨੂੰ ਤਾਂ ਕੰਸਲਟ ਹੀ ਨਹੀਂ ਕੀਤਾ, ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਖਹਿਰਾ ਸਾਹਿਬ 9 ਅਕਤੂਬਰ ਨੂੰ ਰਾਤ ਨੂੰ ਹੋਈ ਲੰਬੀ ਚੌੜੀ ਗੱਲ ਤੁਸੀਂ ਭੁੱਲ ਕਿਉਂ ਗਏ? ਬਲਕਿ ਇਹਦੀ ਬਜਾਏ ਕਿ ਜ਼ੋਰ ਪੂਰਾ ਪਾਇਆ ਜਾਂਦਾ ਇਹ ਪੰਜਾਂ ਮੰਤਰੀਆਂ ਦਾ ਅਸਤੀਫਾ ਦੇਣ ਵਾਸਤੇ, ਇਹ ਜ਼ੋਰ ਮੇਰੇ 'ਤੇ ਹੋ ਗਿਆ, ਇਹ ਸਾਡੀ ਸਿਰਾਂ 'ਚ ਤਲਵਾਰ ਮੇਰੇ 'ਤੇ ਹੋ ਗਈ। ਉਹ ਪੰਜੋ ਮੰਤਰੀ ਮੇਰੇ ਵੀ ਦੋਸਤ ਆ, ਤ੍ਰਿਪਤਿੰਦਰ ਬਾਜਵਾ ਦੇ ਨਾਲ ਮੇਰੇ ਫੈਮਿਲੀ ਰਿਲੇਸ਼ਨ ਆ, ਸੁਖਜਿੰਦਰ ਰੰਧਾਵਾ ਮੇਰੇ ਨੇੜੇ ਆ, ਸਿੱਧੂ ਦੀ ਮੈਂ ਬੜੀ ਕਦਰ ਕਰਦਾ, ਚਰਨਜੀਤ ਚੰਨੀ ਨੇ ਸਾਡੇ ਨਾਲ ਸਮਾਰਟ ਕਲਾਸਰੂਮ ਜਿਹੜੇ ਪ੍ਰੋਜੈਕਟ ਅਸੀਂ ਕਰ ਰਹੇ ਹਾਂ ਉਹ 'ਚ ਬੜੀ ਮਦਦ ਕੀਤੀ ਆ। ਪਰ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਜਦੋਂ ਆ ਗਿਆ ਉਹਦੇ ਅੱਗੇ ਕੁਛ ਨਹੀਂ, ਕੁਛ ਨਹੀਂ। ਅਤੇ ਖਹਿਰਾ ਸਾਹਿਬ ਨੇ ਕਿਹਾ ਕਿ ਇਹ ਤਾਂ ਇਲਾਕੇ ਦੇ ਵਿੱਚ ਇਹਨਾਂ ਨੂੰ ਸੇਵਾ ਕਰਨੀ ਚਾਹੀਦੀ ਸੀ, ਵਿਧਾਨ ਸਭਾ 'ਚ ਬੈਠ ਕੇ ਅੰਦਰ ਬੈਠ ਕੇ ਲੜਨਾ ਚਾਹੀਦਾ ਸੀ, ਇਹ ਕਰਨਾ ਚਾਹੀਦਾ ਸੀ। ਮਤਲਬ ਕਿ ਉਹ ਪੰਜਾਂ ਮੰਤਰੀਆਂ ਦੇ ਉੱਤੇ ਜ਼ੋਰ ਪਾਉਣ ਦੀ ਬਜਾਏ ਸਾਰੇ ਦਾ ਸਾਰਾ ਅਟੈਕ ਫੂਲਕਾ 'ਤੇ ਆ ਗਿਆ, ਅਤੇ ਉਸ ਤੋਂ ਮਗਰੋਂ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ, ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਇਹਨਾਂ ਦੀ ਟੀਮ, ਖਹਿਰੇ ਦੀ ਟੀਮ ਸੋਸ਼ਲ ਮੀਡੀਆ 'ਤੇ ਲੱਗ ਗਈ ਕਿ ਫੂਲਕੇ ਨੇ ਪੰਜਾਬ ਨੂੰ ਧੋਖਾ ਦਿੱਤਾ। ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ, ਗੁਰੂ ਗ੍ਰੰਥ ਸਾਹਿਬ 'ਤੇ ਕਰਕੇ ਇੱਕ MLA ਦੀ ਸੀਟ ਛੱਡ ਦਿੰਦਾ, ਇੱਕ MLA ਦੀ ਸੀਟ, ਇਹ ਗੁਰੂ ਗ੍ਰੰਥ ਸਾਹਿਬ ਦਾ ਐਡੇ ਵੱਡੇ ਮੁੱਦੇ ਤੋਂ, ਇਹ ਨਿਹੱਤਿਆਂ ਦੇ ਉੱਤੇ ਗੋਲੀ ਚਲਾਉਣ ਵਾਲੇ ਮੁੱਦੇ ਤੋਂ ਵੱਡੀ ਹੋ ਗਈ? ਇਹਨਾਂ ਵਾਸਤੇ ਹੋ ਗਈ, ਮੇਰੇ ਵਾਸਤੇ ਨਹੀਂ ਹੈ। ਉਧਰ ਹਰਵਿੰਦਰ ਸਿੰਘ ਫੂਲਕਾ ਦੀ ਪ੍ਰੈਸ ਕਾਨਫਰੰਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਪ੍ਰਤੀਕਰਮ ਦੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਤੇਜ਼ ਤਰਾਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ HS ਫੂਲਕਾ ਦੇ ਅਸਤੀਫੇ ਨੂੰ ਸਿਰਫ ਸਿਆਸਤ ਦੱਸਿਆ। ਆਓ ਸੁਣਦੇ ਹਾਂ ਦਲਜੀਤ ਸਿੰਘ ਚੀਮਾ ਨੇ ਕਿਹੜੇ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ HS ਫੂਲਕਾ ਦੇ ਇਸ ਅਸਤੀਫੇ ਅਤੇ ਇਸ ਪ੍ਰੈਸ ਕਾਨਫਰੰਸ ਦਾ ਦੇ ਵਿਰੋਧ ਦੇ ਵਿੱਚ। ਵੱਡਾ ਡਰਾਮਾ ਜਿਹੜਾ ਕੋਈ ਨਹੀਂ ਹੋ ਸਕਦਾ ਜਿਹੜਾ ਫੂਲਕਾ ਸਾਹਿਬ ਨੇ ਕੀਤਾ। ਜਿਹੜਾ ਬੰਦਾ, ਜਿਸ ਵਿਅਕਤੀ ਨੂੰ ਲੋਕਾਂ ਨੇ ਇਸ ਤਰੀਕੇ ਦੇ ਨਾਲ ਵੋਟਾਂ ਪਾ ਕੇ MLA ਬਣਾਇਆ, ਉਹ ਆਪਣੇ ਇਲਾਕੇ ਦੀਆਂ ਜ਼ਿੰਮੇਵਾਰੀਆਂ 5 ਸਾਲ ਪੂਰੀਆਂ ਨਹੀਂ ਕਰ ਸਕਦਾ, ਇਸ ਤੋਂ ਵੱਡਾ ਪਾਪ ਕੀ ਹੋ ਸਕਦਾ? ਜਿਹੜੀ ਪਾਰਟੀ ਨੇ ਉਹਨਾਂ ਨੂੰ ਲੀਡਰ ਆਫ ਦੀ ਆਪੋਜੀਸ਼ਨ ਬਿਠਾਇਆ, ਉਹਨਾਂ ਨੂੰ ਲੱਗਿਆ ਕਿ ਇੱਥੇ ਬਹਿ ਕੇ ਮੈਨੂੰ ਟਾਈਮ ਦੇਣਾ ਪਊਗਾ, ਮੇਰਾ ਸਮਾਂ ਖਰਾਬ ਹੋਊਗਾ, ਮੇਰੀ ਵਕਾਲਤ ਇਫੈਕਟ ਹੋਊਗੀ, ਮੇਰੇ ਪੈਸੇ ਇਫੈਕਟ ਹੋਣਗੇ, ਅਤੇ ਉਹ ਛੱਡ ਕੇ ਭੱਜ ਗਏ। ਤੁਸੀਂ ਰਾਜਨੀਤੀ 'ਚ ਆਉਣਾ ਹੈ ਤਾਂ ਫਿਰ ਤੁਸੀਂ ਦੋ ਕੰਮ ਨਹੀਂ ਹੋ ਸਕਦੇ, ਫਿਰ ਤੁਸੀਂ ਸੇਵਾ ਕਰਨੀ ਹੈ ਤਾਂ ਉੱਥੇ ਰਹਿ ਕੇ ਲੋਕਾਂ ਦੇ ਵਿੱਚ ਸੇਵਾ ਕਰੋ ਜਿਵੇਂ ਬਾਕੀ MLA ਸਾਹਿਬਾਨ ਸਾਰੀਆਂ ਪਾਰਟੀਆਂ ਦੇ ਕਰਦੇ। ਤੁਸੀਂ ਉੱਥੇ ਰਹਿਣਾ ਨਹੀਂ, ਲੋਕਾਂ ਦੀ ਗੱਲ ਸੁਣਨੀ ਨਹੀਂ, ਲੋਕਾਂ ਦੇ ਮਸਲੇ ਉਠਾਉਣੇ ਨਹੀਂ, ਇਕੱਲਾ ਡਰਾਮਾ ਕਰਨਾ ਕਿ ਜੇ ਇੱਕ ਨੇ ਕੀਤਾ ਤਾਂ ਉਦੋਂ ਵੱਡਾ ਡਰਾਮਾ ਸੋਚ ਕੇ ਕਰਕੇ ਅਤੇ ਆਪਣੀ ਜਿਹੜੀ ਹੈ ਉਹ ਵਾਹ ਵਾਹ ਖੱਟਣ ਵਾਲੀ ਗੱਲ ਹੈ, ਇਹਦੇ ਨਾਲ ਕੰਮ ਨਹੀਂ ਚੱਲਦਾ। ਲੋਕਾਂ ਦੇ ਜੇ ਵੋਟਾਂ ਲਈਆਂ ਲੋਕਾਂ ਨਾਲ ਨਿਭੜਨਾ ਚਾਹੀਦਾ। ਇਹਨਾਂ ਨੂੰ ਜਾ ਕੇ ਇਲਾਕੇ 'ਚ ਪੁੱਛਣਾ ਚਾਹੀਦਾ ਸੀ ਪਹਿਲਾਂ ਕਿ ਦੱਸੋ ਮੈਂ ਆਹ ਫੈਸਲਾ ਕਰਨ ਲੱਗਿਆ, ਠੀਕ ਹੈ, ਲੋਕਾਂ ਦਾ ਕੀ ਕਸੂਰ ਹੈ ਜੀ? ਉਹਨਾਂ ਨੇ ਤੁਹਾਨੂੰ MLA ਬਣਾ ਦਿੱਤਾ, ਐਡਾ ਵੱਡਾ ਮਾਨ ਦੇ ਦਿੱਤਾ, ਅਤੇ ਤੁਸੀਂ ਉਹਨਾਂ ਨੂੰ ਬਟਰੇ ਕਰਕੇ ਅਤੇ ਦਿੱਲੀ ਭੱਜ ਗਏ। ਉਧਰ ਨਵਜੋਤ ਸਿੰਘ ਸਿੱਧੂ ਦੇ ਉੱਪਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੰਮ ਕੇ ਭੜਾਸ ਕੱਢੀ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ
ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਹੈ। ਇੱਕ ਵਾਰੀ ਪੂਰੀ ਗੱਲ ਸੁਣ ਲੈਂਦੇ ਹਾਂ ਡਾਕਟਰ ਦਲਜੀਤ ਸਿੰਘ ਚੀਮਾ ਦੀ। ਦੇਖੋ, ਸਿੱਧੂ ਸਾਹਿਬ ਬੜੀ ਹੁਸ਼ਿਆਰੀ ਕਰ ਰਹੇ ਆ। ਉਹ ਜਦੋਂ ਵੀ ਪਾਕਿਸਤਾਨ ਦੀ ਗੱਲ ਕਰਨੀ ਹੈ ਤਾਂ ਅਮਨ ਸ਼ਾਂਤੀ ਦੇ ਨਾਲ ਜੋੜ ਕੇ, ਲੋਕਾਂ ਦੀ ਸਾਂਝ ਦੇ ਨਾਲ ਜੋੜ ਕੇ ਉਹ ਗੱਲ ਕਰਦੇ ਆ। ਸਾਰੇ ਲੋਕ ਇਹੀ ਚਾਹੁੰਦੇ ਆ ਕਿ ਅਮਨ ਸ਼ਾਂਤੀ ਇਸ ਖਿੱਤੇ ਦੇ ਵਿੱਚ ਬਣਿਆ ਰਹੇ, ਲੋਕਾਂ ਦੀ ਆਪੋ ਦੇ ਵਿੱਚ ਪਿਆਰ ਹੋਵੇ, ਇਹਦੇ 'ਚ ਕੋਈ ਦੋ ਰਾਵ ਨਹੀਂ। ਪਰ ਜਦੋਂ ਤੁਸੀਂ ਜੱਫੀਆਂ ਪਾਉਂਦੇ ਹੋ ਜਰਨੈਲਾਂ ਨੂੰ, ਤਾਂ ਜਿਹੜੇ ਰੋਜ਼ ਜਵਾਨ ਸ਼ਹੀਦ ਹੁੰਦੇ ਆ ਉਹਦੇ 'ਤੇ ਵੀ ਇਤਰਾਜ਼ ਕਰੋ। ਤੁਸੀਂ ਸੰਵਿਧਾਨ ਦੀ ਉਸ ਕੁਰਸੀ 'ਤੇ ਬੈਠੇ ਹੋ ਜਿੱਥੇ ਤੁਹਾਨੂੰ ਲੋਕਾਂ ਨੇ ਬਹੁਤ ਸੋਚ ਸਮਝ ਕੇ ਬਿਠਾ, ਅਤੇ ਤੁਸੀਂ ਉਹ ਗੱਲ ਜਿਹੜੀ ਅਸਲੀ ਗੱਲ ਹੈ ਕਿ ਕੀ ਅਸੀਂ ਦੋਸ਼ੀ ਹਾਂ, ਹਿੰਦੁਸਤਾਨ ਵਾਲੇ ਦੋਸ਼ੀ ਆ, ਪਿੱਛੇ ਹਟਣ 'ਚ ਕੋਈ ਅਮਨ ਸ਼ਾਂਤੀ ਅਸੀਂ ਖਰਾਬ ਕਰਦੇ? ਸੱਚ ਨੂੰ ਕਹਿਣ ਦੀ ਜ਼ਰੂਰਤ ਨਾਲ ਕਰੋ। ਅਤੇ ਹੁਣ ਰੁੱਖ ਕਰਦੇ ਹਾਂ ਜਲੰਧਰ ਦਾ, ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਬਿੱਟੂ ਦੇ ਮਾਤਾ ਜੀ ਦਾ ਭੋਗ ਸਮਾਗਮ ਸੀ। ਕੁਝ ਦਿਨ ਪਹਿਲਾਂ ਉਹ ਇਸ ਦੁਨੀਆ ਤੋਂ ਵਿਦਾ ਹੋ ਗਏ ਸਨ। ਅੱਜ ਇਸ ਸ਼ੋਕ ਸਭਾ ਦੇ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸ ਅਤੇ ਲਗਭਗ ਸਾਰੀਆਂ ਰਾਜਨੀਤਿਕ ਧਿਰਾਂ ਦੇ ਆਗੂ ਉਚੇਚੇ ਤੌਰ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਸ਼ੋਕ ਸਭਾ ਮੌਕੇ ਪਹੁੰਚੇ। ਪੰਜਾਬ ਕਾਂਗਰਸ ਦੀ ਇੰਚਾਰਜ ਬੀਬੀ ਆਸ਼ਾ ਕੁਮਾਰੀ, ਪੰਜਾਬ ਦੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ, ਖੇਲ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਇਸ ਤੋਂ ਇਲਾਵਾ ਕਪੂਰਥਲਾ ਦੇ ਭਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਈ ਹੋਰ ਆਗੂ ਵੀ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ 'ਤੇ ਆਸ਼ਾ ਕੁਮਾਰੀ ਅਤੇ ਜਲੰਧਰ ਵੈਸਟ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਸਣੇ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਤੇਜਿੰਦਰ ਬਿੱਟੂ ਦੀ ਮਾਤਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪੂਰਾ ਕਾਂਗਰਸ ਕਾ ਪਰਿਵਾਰ ਰਾਹੁਲ ਗਾਂਧੀ ਜੀ ਕੇ ਨੇਤ੍ਰਿਤਵ ਮੇਂ ਇਸ ਮੌਕੇ ਪੇ ਇਸ ਦੁੱਖ ਕੀ ਘੜੀ ਮੇਂ ਬਿੱਟੂ ਜੀ ਕੇ ਸਾਥ ਹੈ। ਰਾਹੁਲ ਗਾਂਧੀ ਜੀ ਕਾ ਔਰ ਕਾਂਗਰਸ ਪਾਰਟੀ ਕਾ ਸ਼ੋਕ ਸੰਦੇਸ਼ ਲੈ ਕਰਕੇ ਮੈਂ ਯਹਾਂ ਆਈ ਹੂੰ ਔਰ ਈਸ਼ਵਰ ਸੇ ਹਮ ਪ੍ਰਾਰਥਨਾ ਕਰਤੇ ਹੈ ਕਿ ਸ਼ਾਂਤੀ ਮਿਲੇ। ਜਲੰਧਰ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਸਰਕਾਰ 'ਤੇ ਵੀ ਤਿੱਖੇ ਹਮਲੇ ਕੀਤੇ। HS ਫੂਲਕਾ ਤੋਂ ਲੈ ਕੇ ਪੰਜਾਬ ਅਤੇ ਕਾਂਗਰਸ ਦੀ ਸਰਕਾਰ 'ਤੇ ਉਹਨਾਂ ਨੇ ਤਿੱਖੇ ਰਾਜਨੀਤਿਕ ਹਮਲੇ ਘੜੇ। ਦੇਖੋ, ਸਰਕਾਰ ਨੂੰ ਪਿਛਲੇ ਮੀਂਹ ਕਾਰਨ ਝਾੜ ਵੀ ਕੱਟਿਆ, ਕਿਸਾਨਾਂ ਦਾ ਨੁਕਸਾਨ ਵੀ ਹੋਇਆ, ਡੀਜ਼ਲ ਦੇ ਰੇਟ ਵੀ ਨਹੀਂ ਇਹ ਘਟਾ ਰਹੇ, ਉੱਤੋਂ ਕਿਸਾਨੀ ਦਾ ਜਿਹੜਾ ਵੱਡਾ ਝਾੜ ਕੱਟਣ ਦਾ ਕਾਰਨ ਬਣਿਆ। ਉੱਤੋਂ ਦੇਖੋ, ਅਸੀਂ ਵੀ ਇਨਵਾਇਰਮੈਂਟਲੀ ਸਾਰੇ ਚਿੰਤਿਤ ਹਾਂ, ਮਗਰ ਕਿਸਾਨੀ ਨੂੰ ਇਕੱਲਾ ਪਰਾਲੀ ਜਲਾਉਣ ਵਾਸਤੇ ਉਹਨਾਂ ਨਾਲ ਸਖਤੀ ਕਰਨਾ, ਮੈਂ ਸਮਝਦਾ ਇਹ ਪ੍ਰੋ ਫਰੈਂਡਲੀ ਰਿਫੋਰਮ ਨਹੀਂ ਹੈ। ਕਿਸਾਨ ਨੂੰ ਇਨਸੈਂਟਿਵ ਦਿਓ ਕਿ ਹਰ ਕਿੱਲੇ ਪਿੱਛੇ ਤੁਹਾਨੂੰ 3000 ਰੁਪਈਆ ਦੇਵੋਗੇ, ਹਰ ਏਕੜ ਪਿੱਛੇ ਤੁਸੀਂ ਪਰਾਲੀ ਨਾ ਜਗਾਓ, ਇਨਸੈਂਟਿਵਾਈਜ਼ ਕਰੋ, ਡੋਂਟ ਪਨਿਸ਼ ਦਾ ਫਾਰਮਰ। ਅਤੇ 3000 ਕਰੋੜ ਰੁਪਈਆ ਜਿਹੜਾ ਉਹ ਮਾਰਕੀਟ ਫੀ ਅਤੇ RD ਜਿਹੜੇ ਉਹ ਲਾਈ ਆ ਮੰਡੀ ਫੀ, ਉਹਦੇ 'ਚੋਂ ਕਮਾਈ ਕਰ ਰਹੇ, 9-10 ਹਜ਼ਾਰ ਕਰੋੜ ਰੁਪਈਆ ਕਿਸਾਨੀ ਦੇ ਸਿਰ 'ਤੇ ਇਕੱਠਾ ਕਰ ਰਹੇ, ਉਹਨਾਂ ਕਿਸਾਨਾਂ ਨੂੰ ਦੇ ਦਿਓ। ਉੱਧਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਇੱਕ ਵਾਰ ਮੁੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਾਉਣ ਦੀ ਮੰਗ ਕੀਤੀ ਹੈ। ਕਾਬਲੇ ਜ਼ਿਕਰ ਹੈ, ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਲਿਖ ਕੇ ਕਿਹਾ ਕਿ SGPC ਦੇ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ, ਜਿਸ ਕਾਰਨ ਮੁੜ ਚੋਣਾਂ ਹੋਣੀਆਂ ਚਾਹੀਦੀਆਂ ਨੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ HS ਫੂਲਕਾ ਨੇ ਵੀ ਇਹ ਮੰਗ ਰੱਖੀ ਸੀ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਆਪਸੀ ਰੇੜਕਾ ਖਤਮ ਹੋ ਗਿਆ। ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਕੁੜੀਆਂ ਦੇ ਹੋਸਟਲ ਵਿੱਚ ਉਹਨਾਂ ਦੇ ਆਉਣ ਜਾਣ ਦੇ ਸਮੇਂ ਵਿੱਚ
ਵਾਧਾ ਕਰ ਦਿੱਤਾ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ ਨੇ। ਕੁੜੀਆਂ ਦੇ ਹੋਸਟਲ ਦੇ ਬੰਦ ਹੋਣ ਦਾ ਸਮਾਂ ਵਧਾਉਣ ਸਮੇਂ ਕਈ ਹੋਰ ਮਸਲਿਆਂ 'ਤੇ ਵੀ ਸੰਘਰਸ਼ ਖਤਮ ਹੋ ਗਿਆ। ਹੁਣ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥਣਾਂ ਦੇ ਸਮੇਂ 'ਚ ਬਦਲਾਅ ਕੀਤੇ ਗਏ ਨੇ। ਹੋਸਟਲ ਦੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਲਾਇਬ੍ਰੇਰੀ ਜਾਣ ਵਾਸਤੇ ਸ਼ਾਮ 9 ਵਜੇ ਅਤੇ ਵਾਪਸ ਆਉਣ ਲਈ ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ। ਦੱਸਣਯੋਗ ਹੈ ਕਿ ਇਸ ਨਾਲ ਵਿਦਿਆਰਥਣਾਂ ਕਾਫੀ ਖੁਸ਼ੀ ਮਹਿਸੂਸ ਕਰ ਰਹੀਆਂ ਨੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇ ਉਹ ਲੇਟ ਹੋ ਜਾਂਦੀਆਂ ਸਨ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਜੁਰਮਾਨਾ ਹੁੰਦਾ ਸੀ। ਨਾਰਾ ਦਿੱਤਾ ਜਾਂਦਾ ਹੈ ਕਿ ਔਰਤ ਹੈ ਜਿਹੜੀ ਉਹ ਆਜ਼ਾਦ ਹੈ, ਪਰ ਆਜ਼ਾਦ ਨਹੀਂ ਸੀ। ਅੱਜ ਇਤਿਹਾਸ ਰਚਿਆ ਗਿਆ ਹੈ ਯੂਪੀ ਦੇ ਵਿੱਚ। ਅੱਜ ਮੈਂ ਸਮਝਦਾ ਇਸ ਦੇਸ਼ ਦੀ ਮਹਾਨਤਾ ਨੂੰ ਹੋਰ ਮਹਾਨਤਾ ਮਿਲਿਆ ਹੈ ਇਸ ਯੂਪੀ ਦੇ ਵਿੱਚ ਔਰਤ ਨੂੰ ਆਜ਼ਾਦ ਕਰਕੇ। ਉਹ ਸਾਰੀਆਂ ਮੰਗਾਂ ਜਿਹੜੀਆਂ ਕਿ ਨੈਗੋਸੀਏਸ਼ਨ ਦੇ ਅੰਦਰ ਉਹ ਮੰਨ ਲਈਆਂ ਗਈਆਂ ਨੇ ਔਰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਖਤਮ ਕੀਤਾ। ਉੱਧਰ ਪੰਜਾਬ ਦੇ DGP ਸੁਰੇਸ਼ ਅਰੋੜਾ ਨੇ ਕਿਹਾ ਕਿ ਜੰਮੂ ਕਸ਼ਮੀਰ ਜਾਂ ਹੋਰ ਸੂਬਿਆਂ ਤੋਂ ਪੰਜਾਬ ਦੇ ਵਿੱਚ ਪੜ੍ਹਨ ਆਉਣ ਵਾਲੇ ਹਰ ਵਿਦਿਆਰਥੀ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਦੇ ਵਿੱਚ STF ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਇੱਕ ਮੀਟਿੰਗ ਤੋਂ ਬਾਅਦ ਸੁਰੇਸ਼ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। DGP ਨੇ STF ਅਤੇ ਇੰਟੈਲੀਜੈਂਸ ਦੀ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਹੈ ਕਿ ਇੰਟੈਲੀਜੈਂਸ ਅਤੇ STF ਦੇ ਸਹਿਯੋਗ ਨਾਲ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੋਆਰਡੀਨੇਸ਼ਨ ਮੀਟਿੰਗ ਪਹਿਲੀ ਵਾਰ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਦੀ ਵੱਡੇ ਪੱਧਰ 'ਤੇ ਪਹਿਚਾਣ ਹੋਈ ਹੈ ਅਤੇ ਸਖਤ ਕਾਰਵਾਈ ਕੀਤੀ ਜਾਏਗੀ। DGP ਸੁਰੇਸ਼ ਅਰੋੜਾ ਨੇ ਇਹ ਵੀ ਕਿਹਾ ਕਿ ਜ਼ਰੂਰੀ ਨਹੀਂ ਕਿ ਕਸ਼ਮੀਰ ਤੋਂ ਪੰਜਾਬ ਪੜ੍ਹਨ ਆਇਆ ਹਰ ਬੱਚਾ ਗਲਤ ਹੋਵੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਹਰ ਕਸ਼ਮੀਰੀ ਵਿਦਿਆਰਥੀ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਅਤੇ ਜੋ ਕਸ਼ਮੀਰੀ ਵਿਦਿਆਰਥੀ ਫੜੇ ਗਏ ਨੇ ਉਹਨਾਂ ਦੀ ਜਾਂਚ ਚੱਲ ਰਹੀ ਹੈ। ਸਾਡਾ ਪਰਪਸ ਇਹ ਹੈਗਾ ਕਿ ਜਿਹੜੀ ਸਾਡੀ STF ਅਤੇ ਅਸੀਂ ਇਸ 'ਤੇ ਇੱਕ ਡਰੱਗਸ ਦੇ ਉੱਤੇ ਫੋਕਸ ਕਰਨਾ। ਪਹਿਲਾਂ ਅਸੀਂ ਜ਼ਿਲ੍ਹਿਆਂ 'ਚ ਜਾ ਕੇ ਮੀਟਿੰਗਾਂ ਕੀਤੀਆਂ STF ਅਤੇ ਲੋਕਲ SHO ਲੈਵਲ ਦੇ ਆਫਿਸਰਸ ਦੇ ਨਾਲ। ਅੱਜ ਦੀ ਡੇਟ ਦੇ ਵਿੱਚ ਜੋ ਸਾਡਾ ਮੇਨ ਪਰਪਸ ਹੈਗਾ ਕਿ ਸਾਡੀ ਜਿਹੜੀ ਕੋਆਰਡੀਨੇਸ਼ਨ ਹੈ, ਕਿਉਂਕਿ ਜਿਹੜੀ ਇੰਟੈਲੀਜੈਂਸ ਦੇ ਕੋਲ ਇਨਫੋਰਮੇਸ਼ਨ ਹੈ ਔਰ ਜੋ ਸਾਡੇ ਇੱਕ ਇਨਵੈਸਟੀਗੇਸ਼ਨ ਦੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਪਲੱਸ STF ਦੀ ਹੈ, ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਕਰਕੇ ਹਾਊ ਡੂ ਵੀ ਫਰਦਰ ਟੇਕ ਇਟ ਫੋਰਵਰਡ। ਜੋ ਸਾਡੇ CM ਸਾਹਿਬ ਦਾ ਤੁਹਾਨੂੰ ਪਤਾ ਕਿ ਵੀ ਇੱਕ ਵਿਜ਼ਨ ਹੈ ਕਿ ਵੀ ਅਸੀਂ ਡਰੱਗਸ ਨੂੰ ਐਲੀਮੀਨੇਟ ਕਰਨਾ, ਉਹਨੂੰ ਹੋਰ ਇਫੈਕਟਿਵਲੀ ਅਸੀਂ ਉਸ ਪਾਸੇ ਕਿਵੇਂ ਲੈ ਕੇ ਜਾਣਾ ਹੈ ਤਾਂ ਕਿ ਵੀ ਇਨਕਰੀਜ਼ ਦੀ ਕਨਵਿਕਸ਼ਨ ਰੇਟ ਵੀ ਈਵਨ ਅਸੀਂ ਕੇਸਿਸ ਆਇਡੈਂਟੀਫਾਈ ਕੀਤੇ ਹੈ। ਕਈ ਵਾਰ ਕੀ ਹੁੰਦਾ ਕਿ ਵੀ ਸਮਗਲਰਸ ਜਿਹੜੇ ਕਿ ਡਿਸਪਾਈਟ ਕਿ ਸਾਡੇ ਬੈਸਟ ਐਫਰਟ 'ਤੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਅਸੀਂ ਜਿਹੜਾ ਸਾਡੀ ਇੱਕ ਅਵੇਅਰਨੈਸ ਕੰਪੇਨ, ਉਹਨੂੰ ਵੀ ਅਸੀਂ ਬੜਾ ਡਿਟੇਲ ਪਲਾਨ ਅਸੀਂ ਤਿਆਰ ਕੀਤਾ ਕਿ ਅਸੀਂ ਪ੍ਰਿੰਟ ਮੀਡੀਆ ਦੇ ਵਿੱਚ, ਅਸੀਂ ਰੇਡੀਓ FM ਦੇ ਵਿੱਚ ਔਰ ਈਵਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਅਸੀਂ ਸੋਸ਼ਲ ਮੀਡੀਆ ਦੇ ਵਿੱਚ, ਹਾਲਾਂਕਿ ਅਸੀਂ ਆਲਰੇਡੀ ਕਰ ਰਹੇ ਹਾਂ, ਬਟ ਦਾ ਆਈਡੀਆ ਇਜ਼ ਕਿ ਟੂ ਗਿਵ ਇਟ ਫਰਦਰ ਪੁਸ਼ ਐਂਡ ਮੋਸਟ ਇੰਪੋਰਟੈਂਟਲੀ ਜਦ ਤੱਕ ਅਸੀਂ ਡਿਮਾਂਡ ਨਹੀਂ ਘਟਾਉਂਦੇ, ਸਪਲਾਈ 'ਤੇ ਹਮੇਸ਼ਾ ਪ੍ਰੈਸ਼ਰ ਰਹੇਗਾ ਐਂਡ ਇਟ ਇਜ਼ ਇਨ ਆਰ ਇੰਟਰਸਟ ਆਲਸੋ ਕਿ ਜਿਹੜਾ ਸਾਡਾ ਬੱਡੀ ਪ੍ਰੋਗਰਾਮ ਹੈ ਔਰ ਜਿਹੜਾ ਸਾਡਾ ਡੈਪੋ ਪ੍ਰੋਗਰਾਮ ਹੈ, ਅਸੀਂ ਇਹਨੂੰ ਹੋਰ ਇੰਟੈਂਸਿਵਲੀ ਇਹਨੂੰ ਅਸੀਂ ਅੱਗੇ ਲੈ ਕੇ ਜਾਈਏ ਤਾਂ ਕਿ ਜਿੱਥੇ ਲੋਕਾਂ 'ਚ ਅਵੇਅਰਨੈਸ ਆਵੇ, ਡਿਮਾਂਡ ਘਟੇ
ਔਰ ਇਸੇ ਤਰੀਕੇ ਦੇ ਨਾਲ ਸਾਡੇ ਸਪਲਾਈ ਲਾਈਨ 'ਤੇ ਵੀ ਪ੍ਰੈਸ਼ਰ ਘੱਟ। ਉੱਧਰ ਅੰਮ੍ਰਿਤਸਰ ਵਿੱਚ ਇੱਕ ਵਾਰੀ ਫਿਰ ਜੁਰਮ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਬੰਦੂਕ ਦੀ ਨੋਕ 'ਤੇ ਇੱਕ ਗੱਡੀ ਲੁੱਟ ਲਈ ਗਈ ਅਤੇ CCTV ਫੁਟੇਜ ਵਿੱਚ ਪੂਰੀ ਘਟਨਾ ਸਾਹਮਣੇ ਆ ਗਈ ਹੈ। ਸੋ ਸ਼ੋਰੂਮ ਦੀ ਗੱਡੀ ਬੰਦੂਕ ਦੀ ਨੋਕ 'ਤੇ ਲੁੱਟ ਲਈ ਗਈ ਹੈ। ਘਟਨਾ ਅੰਮ੍ਰਿਤਸਰ ਦੇ ਟੋਇਟਾ ਸ਼ੋਰੂਮ ਦੇ ਬਾਹਰ ਦੀ ਹੈ, ਜਿੱਥੇ ਦਿਨ ਦਿਹਾੜੇ ਲੁੱਟ ਦੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਗਨ ਪੁਆਇੰਟ 'ਤੇ ਕਾਰ ਖੋ ਕੇ ਫਰਾਰ ਹੋ ਗਏ। ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਮੌਕੇ 'ਤੇ ਕਾਰਵਾਈ ਸ਼ੁਰੂ ਕੀਤੀ। ਪੁਲਿਸ ਨੇ ਪੰਜਾਬ ਅਤੇ ਆਲੇ ਦੁਆਲੇ ਦੇ ਹਿੱਸਿਆਂ ਵਿੱਚ ਰੈੱਡ ਅਲਰਟ ਕਰ ਦਿੱਤਾ। 5 ਗੱਡੀਆਂ ਮੈਂ ਜਦੋਂ ਲਾ ਲਈਆਂ ਡਰਾਈਵਰ ਨੇ ਅਤੇ ਅੰਦਰ ਲੈ ਦੀਆਂ, ਅਤੇ 6ਵੀਂ ਗੱਡੀ ਜਦੋਂ ਟਰਾਲੇ ਤੋਂ ਡਰਾਈਵਰ ਨੇ ਲਾਈ ਅਤੇ ਮੈਂ ਵਿੱਚ ਬਹਿਣ ਲੱਗਾ, ਅਤੇ ਮਗਰ ਉਹ ਆਏ 2 ਬੰਦੇ ਆਏ ਅਤੇ ਉਹਨਾਂ ਦੇ ਵਿੱਚ ਇੱਕ ਬਹਿ ਗਿਆ ਅਤੇ ਇੱਕ ਮਗਲੇ ਮੈਨੂੰ ਬਹਿ ਗਿਆ। ਪਿਸਤੌਲ ਵਿਖਾ ਕੇ ਮੈਨੂੰ ਕਹਿੰਦਾ ਪਰਾਂ ਹੋ ਜਾ, ਨਹੀਂ ਤਾਂ ਤੈਨੂੰ ਗੋਲੀ ਮਾਰ ਦੇਣੀ ਆ। ਅਤੇ ਉਹ ਗੱਡੀ ਦੇ ਵਿੱਚ ਬਹਿ ਗਿਆ ਅੱਗੇ ਬੰਦਾ, ਅਤੇ ਮੈਂ ਜਦੋਂ ਚਾਬੀ ਲਾਉਣ ਲੱਗਾ ਅਤੇ ਮੈਂ ਜਦੋਂ ਚਾਬੀ ਲਾਉਣ ਲੱਗਾ ਅਤੇ ਮਗਲੇ ਬੰਦੇ ਨੇ ਫਿਰ ਮੈਨੂੰ ਕਿਹਾ ਗੋਲੀ ਗਨ ਵਿਖਾਈ ਮੈਨੂੰ ਕਿ ਤੈਨੂੰ ਮੈਂ ਪਰ ਗੋਲੀ ਮਾਰਦੀ ਪਰਾਂ ਹੋ ਜਾ ਸਾਈਡ 'ਤੇ। ਮੈਂ ਥੱਲੇ ਬਹਿ ਗਿਆ ਅਤੇ ਦਰਵਾਜ਼ਾ ਖੋਲ੍ਹਿਆ, ਇੰਨੇ ਚਿਰ ਉਹਨੇ ਗੱਡੀ ਘੁੰਮਾਈ ਅਤੇ ਉਹਦਾ ਟਾਇਰ ਜਿਹੜਾ ਮੇਰੇ ਪੈਰ ਦੇ ਉੱਤੇ ਚੜ ਗਿਆ ਅਤੇ ਗੱਡੀ ਭਜਾ ਕੇ ਲੈ ਗਿਆ। ਔਰ ਪਹਿਲਾਂ ਉਹ ਕਰੇਟਾ ਤੋਂ ਉਤਰ ਕੇ ਅਤੇ ਅੱਗੇ ਗਏ ਪੈਟਰੋਲ ਪੰਪ ਵੱਲ ਨੂੰ, ਉਸ ਤੋਂ ਬਾਅਦ ਉਹ ਜਦੋਂ ਸਾਡੀ ਕਾਰ ਟਰੋਲੇ 'ਚੋਂ ਉਤਰੀ ਹੈ, ਉਹ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਸਿੱਧੀ ਉਹ ਉਸ ਲੜਕੇ ਦਾ ਨਾਮ ਵਿਨੋਦ ਹੈ ਔਰ ਉਹ ਪਿਛਲੇ 12-13 ਸਾਲਾਂ ਤੋਂ ਸਾਡੇ ਕੋਲ ਇੱਥੇ ਐਜ਼ ਅ PDI ਇੰਚਾਰਜ ਕੰਮ ਕਰ ਰਿਹਾ। ਉਹ ਗੱਡੀਆਂ ਦਾ ਦੇਖ ਰੇਖ, ਜਿਹੜੀਆਂ ਨਵੀਆਂ ਗੱਡੀਆਂ ਆਉਂਦੀਆਂ ਉਹਨੂੰ ਚੈੱਕ ਕਰਨਾ, ਉਹ ਸਾਰਾ ਉਹਦਾ ਹੀ ਕੰਮ। ਇਹਨਾਂ ਗੱਡੀ ਸਨੈਚ ਹੋਈ ਹੈ ਜੀ, ਆ ਟਰੱਕ ਤੋਂ ਇਹ ਏਜੰਸੀ ਤੋਂ ਜਿਹੜੀਆਂ ਨਵੀਆਂ ਗੱਡੀਆਂ ਉਤਰਦੀਆਂ ਨੇ। ਇਹਨਾਂ ਦੀ ਗੱਡੀ ਉਤਰ ਰਹੀ ਸੀ ਅਤੇ 2 ਲੜਕੇ ਆਏ ਅਣਪਛਾਤੇ ਜੇ, ਇਹਨਾਂ ਤੋਂ ਅਚਾਨਕ ਵਿੱਚ ਬੈਠ ਗਏ ਅਤੇ ਗੱਡੀ ਭਜਾ ਕੇ ਲੈ ਗਏ ਇੱਥੋਂ। ਸੋ ਅਸੀਂ ਟੀਮਸ ਬਣਾਈਆਂ ਨੇ, ਡਿਫਰੈਂਟ ਡਿਫਰੈਂਟ ਏਰੀਆ 'ਚ ਭੇਜੀਆਂ ਨੇ ਅਤੇ ਡਿਫਰੈਂਟ ਟੀਮ ਜਿਹੜੀਆਂ ਹੈਗੀਆਂ ਨੇ ਆਪਣਾ ਕੰਮ ਕਰ ਰਹੀਆਂ ਨੇ। ਹੋਪਫੁਲੀ ਵਿਲ ਟਰੇਸ ਦੀ ਕਾਰ ਜਿੰਨੀ ਛੇਤੀ ਹੋ ਸਕੇ। CCTV ਫੁਟੇਜ ਦੇ ਵਿੱਚ ਆਹੀ ਜੋ ਮੈਂ ਗੱਲ ਤੁਹਾਨੂੰ ਦੱਸੀ ਆ ਹੁਣੇ, ਇਹੀ ਸਾਰੀ ਗੱਲ ਸਾਨੂੰ CCTV ਫੁਟੇਜ ਤੋਂ ਹੀ ਪਤਾ ਲੱਗੀ ਹੈ। ਅਲੈਜਡਲੀ ਜੋ ਬੰਦਾ ਦੱਸ ਰਿਹਾ ਕਿ ਹੈ ਹਥਿਆਰ, ਸੋ ਸਾਡਾ ਮੇਨ ਏਮ ਹਲੇ ਇਹੀ ਹੈ ਕਿ ਅਸੀਂ। ਉੱਧਰ ਬਰਨਾਲਾ ਅਤੇ ਲੁਧਿਆਣਾ ਹਾਈਵੇ ਦੇ ਉੱਪਰ ਇੱਕ ਦਰਦਨਾਕ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਜੀ ਜ਼ਖਮੀ ਹੋਏ ਨੇ। ਬਰਨਾਲਾ ਲੁਧਿਆਣਾ ਹਾਈਵੇ 'ਤੇ ਇਹ ਹਾਦਸਾ ਮਹਿਲ ਕਲਾਂ ਟੋਲ ਪਲਾਜ਼ਾ ਦੇ ਕੋਲ ਹੋਇਆ। ਇੱਥੇ ਟੈਂਪੋ ਟਰੈਵਲਰ ਸਿਰਸਾ ਤੋਂ ਲੁਧਿਆਣੇ ਜਾ ਰਿਹਾ ਸੀ ਅਤੇ ਇੱਕ ਟਰੱਕ ਲੁਧਿਆਣਾ ਤੋਂ ਬਰਨਾਲਾ ਵੱਲ ਜਾ ਰਿਹਾ ਸੀ। ਇਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਟੈਂਪੋ ਟਰੈਵਲ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ, ਜਿਨ੍ਹਾਂ ਵਿੱਚ 4 ਲੋਕਾਂ ਦੀ ਮੌਤ ਹੋਈ ਅਤੇ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਸਨ। ਜਿਹੜਾ ਮਾਮਲਾ ਟੈਂਪੂ ਟਰੈਵਲ ਦੇ ਵਿੱਚ ਕੈਟਰਿੰਗ ਪਾਰਟੀ ਜਾ ਰਹੀ ਸੀ ਸਰਸੇ ਤੋਂ ਵਿਆਹ ਲਾ ਕੇ ਲੁਧਿਆਣੇ ਨੂੰ, ਅਤੇ ਅੱਗੋਂ ਟਰੱਕ ਆ ਰਿਹਾ ਸੀਗਾ, ਸੇਬਾਂ ਦਾ ਭਰਿਆ ਹੈ, ਉਹਦੇ ਨਾਲ ਟਕਰਾ ਗਿਆ ਨਿਹਾਲੂ ਵਾਲੇ ਪਿੰਡ ਦੇ ਕੋਲ। ਟੈਂਪੂ ਟਰੈਵਲ ਦੇ ਵਿੱਚ ਜਿਹੜੇ ਸਵਾਰ ਸੀ ਵਿਅਕਤੀ, ਉਹਨਾਂ ਦੇ ਵਿੱਚੋਂ 3 ਵਿਅਕਤੀਆਂ ਦੀ ਜਿਹੜੀ ਮੌਕੇ 'ਤੇ ਮੌਤ ਹੋ ਗਈ ਸੀ। 4 ਵਿਅਕਤੀ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਅਸੀਂ ਉੱਥੋਂ ਲੋਕਾਂ ਦੀ ਮਦਦ ਨਾਲ ਕੱਢ ਕੇ ਸਿਵਲ ਹਸਪਤਾਲ ਬਰਨਾਲੇ ਭੇਜਿਆ। ਉਹਨੂੰ 6:30 ਕਾਲ ਆਈ ਜੀ ਵੀ ਮਹਿਲ ਕਲਾਂ ਟੋਲ ਪਲਾਜ਼ੇ ਤੋਂ ਅੱਗੇ 1.5 ਕਿਲੋਮੀਟਰ ਅੱਗੇ ਐਕਸੀਡੈਂਟ ਹੋ ਜੀ, ਟੈਂਪੂ ਟਰੈਵਲ ਦਾ ਅਤੇ ਟਰੱਕ ਦਾ ਐਕਸੀਡੈਂਟ ਸੀ ਜੀ, ਉੱਥੇ ਜਾ ਕੇ ਅਸੀਂ ਦੇਖਿਆ ਸੀਨ ਦੇ ਉੱਤੇ, ਅਤੇ ਉਹਦੇ ਵਿੱਚ ਪੇਸ਼ੈਂਟ ਕਾਫੀ ਜ਼ਿਆਦਾ 7-8 ਪੇਸ਼ੈਂਟ ਸੀ ਜੀ, ਜ਼ਖਮੀ ਸੀ, ਅਤੇ ਉਹਦੇ ਵਿੱਚ ਸਰ ਆਪਣੀ ਮਹਿਲ ਕਲਾਂ ਵਾਲੀ ਐਂਬੂਲੈਂਸ ਆਈ, ਇੱਕ ਤਾਂ ਜੀ ਇੱਕ ਰਾਏਕੋਟ ਵਾਲੀ 108 ਐਂਬੂਲੈਂਸ, ਉਹ ਛੱਡ ਗਈਆਂ 3-4 ਪੇਸ਼ੈਂਟ ਸੀ, 2-3 ਪੇਸ਼ੈਂਟ ਅਸੀਂ ਲੈ ਕੇ ਆਉਂਦੇ ਜੀ। ਉੱਧਰ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਪਰਾਲੀ ਸਾੜਨ ਨੂੰ ਲੈ ਕੇ ਰੇੜਕਾ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਜਾਂ ਤਾਂ ਸੂਬਾ ਸਰਕਾਰ 6,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ,
ਨਹੀਂ ਤਾਂ ਕਿਸਾਨ ਹਰ ਹਾਲਤ ਵਿੱਚ ਪਰਾਲੀ ਸਾੜਨਗੇ। ਉੱਧਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਬਰਨਾਲਾ ਵਿੱਚ ਪੰਜਾਬ ਪੱਧਰੀ ਮਹਾਂਰੈਲੀ ਦਾ ਪ੍ਰਬੰਧ ਕੀਤਾ। ਬਰਨਾਲਾ ਦੀ ਅਨਾਜ ਮੰਡੀ ਵਿੱਚ ਕਿਸਾਨ ਯੂਨੀਅਨ ਦੀ ਇਸ ਰੈਲੀ ਵਿੱਚ ਲਗਭਗ 50,000 ਤੋਂ ਜ਼ਿਆਦਾ ਕਿਸਾਨਾਂ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਗਿਆ। ਇੱਥੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਰਾਲੀ ਨਾ ਜਲਾਉਣ ਦੀ ਥਾਂ 6,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਗਰੀਬ ਕਿਸਾਨ ਮਹਿੰਗੀਆਂ ਮਸ਼ੀਨਾਂ ਨਹੀਂ ਖਰੀਦ ਸਕਦੇ ਅਤੇ ਉਹ ਮਜਬੂਰ ਹੋ ਗਏ ਨੇ ਅਤੇ ਹੁਣ ਸਰਕਾਰ ਨੂੰ ਅਪੀਲ ਕਰਨ ਆਏ ਨੇ। ਜਾਣੀ ਵਿਗਿਆਨੀਆਂ ਨੇ ਮਾਹਰਾਂ ਨੇ ਇਹ ਗੱਲ ਦੱਸੀ ਹੈ ਕਿ 22 ਮਿਲੀਅਨ ਟਨ ਪਰਾਲੀ ਇੱਥੇ ਹੁੰਦੀ ਆ ਪੰਜਾਬ ਦੇ ਵਿੱਚ 75 ਲੱਖ ਏਕੜ ਝੋਨੇ ਦੇ ਵਿੱਚੋਂ, ਉਹਦੇ 'ਚੋਂ ਸਿਰਫ 2 ਮਿਲੀਅਨ ਟਨ ਪਰਾਲੀ ਦਾ ਹੱਲ ਕੱਢਿਆ ਇਹਨਾਂ ਨੇ ਵੀ ਵਾਹ ਕੇ ਜ਼ਮੀਨ ਦੇ ਵਿੱਚ ਰਲਾ ਦਿਓ, ਬਾਕੀ 20 ਮਿਲੀਅਨ ਟਨ ਮਤਲਬ 200 ਲੱਖ ਟਨ ਪਰਾਲੀ ਦਾ ਇਹਨਾਂ ਕੋਲ ਕੋਈ ਹੱਲ ਨਹੀਂ। ਜਿਹੜੇ ਹੱਲ ਮਤਲਬ ਇਹਨਾਂ ਨੇ ਕੱਢੇ ਨੇ ਉਹ ਇੰਨੇ ਮਹਿੰਗੇ ਨੇ, ਉਹ ਇੰਨੀ ਮਸ਼ੀਨਰੀ ਮਹਿੰਗੀ ਹੈ ਵੀ ਛੋਟੇ ਕਿਸਾਨ ਲੈ ਹੀ ਨਹੀਂ ਸਕਦੇ। ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਨ ਆਏ ਹਾਂ, ਬੇਨਤੀ ਕਰਨ ਆਏ ਹਾਂ ਕਿ ਥਾਣੇਦਾਰੀ ਨਾ ਕਰੋ, ਡੰਡਾ ਨਾ ਚੜ੍ਹੋ, ਕਿਸਾਨਾਂ ਦੇ ਪਰਚੇ ਨਾ ਪਾਓ, ਨਾਨੀ ਖਸਮ ਕਰੇ ਦੋਤਾ ਚੱਟੀ ਭਰੇ ਵਾਲੀ ਗੱਲ ਨਾ ਕਰੋ। ਕਸੂਰ ਤੁਹਾਡਾ ਹੈ, ਦੋਸ਼ੀ ਕਿਸਾਨਾਂ ਨੂੰ ਉਠਾਉਂਦੇ ਹੋ, ਹੱਲ ਤੁਹਾਡੇ ਕੋਲੋਂ ਨਹੀਂ ਨਿਕਲਿਆ ਅਤੇ ਤੁਸੀਂ ਡਾਂਗ ਸਾਡੇ 'ਤੇ ਫੇਰਦੇ ਹੋ, ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਸੀਂ ਜਾਣਦੇ ਹਾਂ ਵੀ ਸਾਡੀ ਟੱਕਰ ਕਿਹਦੇ ਨਾਲ ਹੈ, ਸਾਨੂੰ ਪਤਾ ਇਸ ਗੱਲ ਦਾ, ਸਾਨੂੰ ਪਤਾ ਵੀ ਸਰਕਾਰ ਕੀ ਕਰ ਸਕਦੀ ਹੈ। ਉਹ ਸਾਰਾ ਕੁਛ ਪ੍ਰਵਾਨ ਕਰਕੇ ਚੱਲੇ ਹਾਂ, ਸਰਕਾਰ ਦੇ ਇਸ ਜਬਰ ਦਾ ਹਮਲੇ ਦਾ ਜਵਾਬ ਦੇਣ ਵਾਸਤੇ ਅਸੀਂ ਤਿਆਰ ਹੋ ਕੇ ਆਏ ਹਾਂ। ਇਸੇ ਕਰਕੇ ਰੈਲੀ ਕਰ ਰਹੇ ਹਾਂ ਅਸੀਂ ਬਰਨਾਲੇ 'ਚ ਵੀ ਤਿਆਰ ਹਾਂ, ਜੇ ਤੂੰ ਜਬਰ ਕਰਕੇ ਹਟਾਉਣਾ ਹੈ ਤਾਂ ਜਬਰ ਕਰ ਲਈ, ਅਸੀਂ ਤਿਆਰ ਹਾਂ। ਦਿੱਲੀ 'ਚ ਤਾਂ ਮਗਰੋਂ ਪਹੁੰਚਣਾ ਤੂੰ ਆ, ਪਰ ਸਭ ਤੋਂ ਵੱਧ ਨੁਕਸਾਨ ਸਾਡਾ ਹੀ ਹੋਣਾ, ਪਿੰਡਾਂ ਵਾਲਿਆਂ ਦਾ ਹੋਣਾ, ਸ਼ਹਿਰਾਂ 'ਚ ਵੀ ਮਗਰੋਂ ਪਹੁੰਚਣਾ ਤੂੰ ਆ, ਪਰ ਸਾਡੀ ਇਹ ਮਜਬੂਰੀ ਹੈ, ਇਹ ਮਜਬੂਰੀ ਦੱਸਣ ਆਏ ਹਾਂ, ਸਰਕਾਰ ਨੂੰ ਪੁਕਾਰ ਕਰਨ ਆਏ ਹਾਂ। ਜੇ ਸਰਕਾਰ ਪਿੱਛੇ ਨਾ ਹਟੀ, ਧਮਕੀਆਂ ਤਾਂ ਉਵੇਂ ਰਹੀ ਵੀ 8,000 ਅਫਸਰ ਲਾਤਾ, ਮੁਕੱਦਮੇ ਕਰਾਂਗੇ, ਜੁਰਮਾਨੇ ਕਰਾਂਗੇ, ਉਹਦਾ ਸਖ਼ਤ ਵਿਰੋਧ ਕੀਤਾ ਜਾਊਗਾ। ਕਿਸੇ ਹਾਲਤ 'ਚ ਵੀ ਕਿਸਾਨਾਂ ਨੂੰ ਨਾ ਅੰਦਰ ਜਾਣ ਦੇਈਏ, ਨਾ ਜੁਰਮਾਨਾ ਵਸੂਲਣ ਦੇਈਏ ਸਾਡਾ। ਉਧਰ ਰੂਪਨਗਰ ਵਿੱਚ ਪੁਲਿਸ ਨੇ ਝੋਨੇ ਦੀ ਕਟਾਈ ਕਰ ਰਹੀ ਇੱਕ ਕੰਬਾਈਨ ਨੂੰ ਜ਼ਬਤ ਕਰ ਲਿਆ। ਕਾਰਨ ਦੱਸੇ ਜਾ ਰਹੇ ਨੇ ਕਿ ਇਹ ਕੰਬਾਈਨ ਪਰਾਲੀ ਦੀ ਸਾਂਭ ਸੰਭਾਲ ਲਈ ਸਮਰੱਥ ਨਹੀਂ ਸੀ। ਮੌਕੇ 'ਤੇ ਰੂਪਨਗਰ ਦੇ SDM ਨੇ ਪਿੰਡ ਸਿਨੇਮਾਜਰਾ ਵਿੱਚ ਦੌਰਾ ਕੀਤਾ ਅਤੇ SDM ਰੂਪਨਗਰ ਦੇ ਦਖਲ ਤੋਂ ਬਾਅਦ ਕੰਬਾਈਨ ਨੂੰ ਜ਼ਬਤ ਕਰਕੇ ਨਜ਼ਦੀਕੀ ਪੁਲਿਸ ਥਾਣੇ ਵਿੱਚ ਪਹੁੰਚਾਉਣ ਦੇ ਹੁਕਮ ਦਿੱਤੇ ਗਏ। ਕੰਬਾਈਨ ਦੇਖੀ ਹੈ ਤਾਂ ਕੀ ਉਹਦੇ 'ਤੇ ਐਕਸ਼ਨ ਹੈਗਾ? ਉਹਦੇ 'ਤੇ ਜੀ ਅਸੀਂ FIR 100 ਅੰਡਰ ਸੈਕਸ਼ਨ 188 FIR ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈਗੀ ਹੈ। ਹਾਂਜੀ, ਕਿਹਨਾਂ ਲੋਕਾਂ ਦੇ ਖਿਲਾਫ਼ ਹੈ, ਕੀ ਕਸੂਰ ਕੀ ਸੀਗਾ ਉਹਨੂੰ ਜੀ? ਉਹ ਜਿਹੜੀ ਕੰਬਾਈਨ ਓਨਰ ਦੇ ਖਿਲਾਫ਼ ਹੈਗਾ, ਜਿਹੜੀ ਉਹ ਯੂਜ਼ ਕਰਦੇ ਪਏ ਸੀਗੇ ਕੰਬਾਈਨ, ਉਹਦੇ ਵਿੱਚ ਆਪਣਾ SMS ਸਿਸਟਮ ਇੰਸਟਾਲਡ ਨਹੀਂ ਸੀਗਾ, ਸਟ੍ਰਾਅ ਮੈਨੇਜਮੈਂਟ ਸਿਸਟਮ। ਅਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਅਤੇ ਖਾਸ ਖਾਸ ਸੁਰਖੀਆਂ 'ਤੇ। ਅਸਤੀਫਾ ਦੇਣ ਤੋਂ ਬਾਅਦ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਅਤੇ ਸੁਖਪਾਲ ਖਹਿਰਾ ਸਣੇ ਕਈ ਲੀਡਰਾਂ ਨਾਲ ਜਤਾਈ ਨਾ ਖੁਸ਼ੀ, ਕਿਹਾ ਮੇਰੇ ਅਸਤੀਫੇ ਤੋਂ ਬਾਅਦ ਇਸ ਤਰ੍ਹਾਂ ਦੇ ਦੇਣਗੇ ਬਿਆਨ ਨਹੀਂ ਸੀ ਆਸ, ਕਿਹਾ ਇਨਸਾਫ਼ ਦੀ ਮੰਗ ਕਰਕੇ ਦਿੱਤਾ ਸੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ, ਪਰ ਇਨਸਾਫ਼ ਦੀ ਲੜਾਈ ਹਮੇਸ਼ਾ ਲੜਦਾ ਰਹਾਂਗਾ। HS ਫੂਲਕਾ ਦੇ ਅਸਤੀਫੇ 'ਤੇ ਪੰਜਾਬ ਵਿੱਚ ਪੱਖੀ ਸਿਆਸਤ, ਸ਼੍ਰੋਮਣੀ ਅਕਾਲੀ ਦਲ ਨੇ HS ਫੂਲਕਾ ਦੇ ਖਿਲਾਫ਼ ਖੋਲ੍ਹਿਆ ਮੋਰਚਾ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ HS ਫੂਲਕਾ ਤੇ ਲਾਏ ਵੱਡੇ ਇਲਜ਼ਾਮ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰੀ ਫਿਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਖੋਲ੍ਹਿਆ ਮੋਰਚਾ। ਪਾਕਿਸਤਾਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਆਪਸ ਵਿੱਚ ਜੋੜ ਕੇ ਦਲਜੀਤ ਸਿੰਘ ਚੀਮਾ ਅਤੇ ਅਕਾਲੀ ਦਲ ਨੇ ਲਾਏ ਸੰਸਰੀ ਖੇਜ ਇਲਜ਼ਾਮ। ਪੰਜਾਬ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਵਿਚਾਲੇ ਪਰਾਲੀ ਦੇ ਮਸਲੇ 'ਤੇ ਰੇੜਕਾ ਵਧਿਆ। ਕਿਸਾਨਾਂ ਦੀ ਮੰਗ, ਜੇ ਪਰਾਲੀ ਨੂੰ ਅੱਗ ਨਹੀਂ ਲਵਾਉਣੀ ਤਾਂ 6,000 ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ। ਸਰਕਾਰ ਨੇ ਕਿਹਾ ਕਿਸੇ ਕੀਮਤ 'ਤੇ ਨਹੀਂ ਸਾੜਨ ਦੇਵਾਂਗੇ ਪਰਾਲੀ। ਆਉਂਦੇ ਦਿਨਾਂ ਦੇ ਵਿੱਚ ਮਨ ਮੁਟਾਵ ਵਧਣ ਦੀ ਸੰਭਾਵਨਾ। ਪੰਜਾਬ ਦੇ DGP ਸੁਰੇਸ਼ ਅਰੋੜਾ ਨੇ STF ਅਤੇ ਇੰਟੈਲੀਜੈਂਸ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਕਿਹਾ ਕਸ਼ਮੀਰ ਦਾ ਹਰ ਵਿਦਿਆਰਥੀ ਨਹੀਂ ਸ਼ੱਕੀ। ਸੁਰੇਸ਼ ਅਰੋੜਾ ਨੇ ਕੀਤਾ ਦਾਅਵਾ, ਬਹੁਤ ਜਲਦ ਨਸ਼ਿਆਂ ਦੇ ਮਾਮਲੇ ਵਿੱਚ ਵੱਡੀਆਂ ਮੱਛੀਆਂ 'ਤੇ ਪਏਗਾ ਹੱਥ। ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ੀਆਂ ਸੁਰਖੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ। ਫਿਲਹਾਲ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਧੰਨਵਾਦ।